ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਸਤੀ ਪ੍ਰੀਤਮ ਸਿੰਘ ਵਾਲਾ ਦੇ ਰਹਿਣ ਵਾਲੇ ਇੱਕ ਪਾਗਲ ਪ੍ਰੇਮੀ ਕੁਲਦੀਪ ਨੂੰ ਆਪਣੇ ਵਿਆਹ ਦੇ 20 ਸਾਲਾਂ ਬਾਅਦ ਇਸ ਕਦਰ ਪਿਆਰ ਦਾ ਭੂਤ ਸਵਾਰ ਹੋ ਗਿਆ ਕਿ ਕਿਸੇ ਹੋਰ ਔਰਤ ਨਾਲ ਪਿਆਰ ਹੋਣ ਕਾਰਨ ਇਸ ਪ੍ਰੇਮੀ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਅਤੇ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ। ਉੱਥੇ ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆ ਕੁਲਦੀਪ ਦੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਦੀਪ ਜੋ ਵੀ ਕਮਾਉਂਦਾ ਆਪਣੀ ਪ੍ਰੇਮਿਕਾ ਨੂੰ ਦਿੰਦਾ ਰਹਿੰਦਾ ਸੀ, ਜਿਸ ਕਰਕੇ ਹੁਣ ਉਸ ਵੱਲੋਂ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੀੜਿਤ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਨਾਲ ਜਿੱਥੇ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਉੱਥੇ ਹੀ ਹੁਣ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ। ਦੂਜੇ ਪਾਸੇ ਥਾਣਾ ਸਦਰ ਦੇ SHO ਜਸਵੰਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਉੱਤੇ ਥਾਣਾ ਸਦਰ ਪੁਲਿਸ ਨੇ ਬਾਗੀ ਪ੍ਰੇਮੀ ਕੁਲਦੀਪ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਅਤੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਵੀਰ ਜੀ, ਮੇਰਾ ਨਾਮ ਕਰਮਜੀਤ ਹੈ, ਮੈਂ ਪ੍ਰੀਤਮ ਸਿੰਘ ਦੇ ਰਹਿਣ ਵਾਲੀ ਹਾਂ ਤੇ ਮੇਰੇ ਕੁਲਦੀਪ ਸਿੰਘ ਹਸਬੈਂਡ ਉਹਨਾਂ ਦਾ ਨਜਾਇਜ਼ ਸਬੰਧ ਫਰੀਦਕੋਟ ਦੇ ਰਹਿਣ ਵਾਲੀ ਔਰਤ ਸੀ ਪਰਮਜੀਤ ਕੌਰ ਉਹਨਾਂ ਨਾਲ ਸੀ। ਉਹ ਵੀ ਮਤਲਬ ਗੱਲਬਾਤ ਕਰਦੇ ਸੀ, ਮੈਂ ਉਹਨਾਂ ਨੂੰ ਰੋਕਦੀ ਰਹੀ ਹਾਂ ਕਿ ਤੁਸੀਂ ਇਹ ਕੰਮ ਨਾ ਕਰੋ, ਆਪਣੀ ਧੀ ਪੁੱਤ ਵੀ ਮਤਲਬ ਗੱਭਰੂ ਉਹਨਾਂ ਤੇ ਵੀ ਅਸਰ ਮਾੜਾ ਪਊਗਾ। ਇਹਨਾਂ ਨੇ ਮੇਰੀ ਕੁਛ ਨਾ ਮੰਨੀ, ਉਸ ਤੋਂ ਬਾਅਦ ਇਹ ਸੀਜ਼ਨ ਲਾਉਣ ਗਏ ਚਲੇ। ਚਲੋ ਮੈਂ ਕਿਹਾ ਹਟ ਜਾਣਗੇ, ਇਹਨਾਂ ਨੇ ਸਾਰਾ ਪੈਸਾ ਉਹਨਾਂ ਨੂੰ ਖਵਾਤਾ, ਘਰੇ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਗਾ। ਉਹ ਖਰਚਾ ਦੇ ਕੇ ਉਸ ਤੋਂ ਬਾਅਦ ਫਿਰ ਜਿਨ੍ਹਾਂ ਨੇ 10,000 ਰੁਪਇਆ ਪਵਾਇਆ, ਫਿਰ ਉਸ ਤੋਂ ਬਾਅਦ ਕਹਿੰਦੀ ਮੈਨੂੰ ਹੋਰ ਪੈਸੇ ਚਾਹੀਦੇ ਆ। ਉਹ ਇਹਨੇ ਮੁੜ ਕੇ ਇੱਥੇ LED ਮੰਗੀ, ਮੈਨੂੰ ਕਹਿੰਦੇ LED ਦੇ ਮੈਨੂੰ, ਤੇ ਮੈਂ ਇਹਨਾਂ ਦੀ ਗੱਲਬਾਤ ਸੁਣ ਲਈ, ਉਹ ਪੈਸੇ ਮੰਗਦੀ ਆ LED ਦੇ, ਤੇ ਮੈਂ ਕਿਹਾ ਨਹੀਂ ਵੀ LED ਵੀ ਤੇਰੀ ਤੇ ਘਰ ਵੀ ਤੇਰਾ, ਬੱਚੇ ਵੀ ਤੇਰੇ, ਤੂੰ ਨਹੀਂ ਕਿਤੇ ਨਹੀਂ ਲੈ ਕੇ ਜਾਣਾ ਗਾ, ਤੂੰ ਮੈਨੂੰ ਦੱਸ ਕੀ ਆ। ਇਹਨੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੂੰ ਨਹੀਂ ਉਹ ਦੇਣੀ ਨਾ, ਤੇ ਮੈਨੂੰ ਤੇਰੇ ਗਹਿਣੇ ਵੇਚ ਕੇ ਮੈਂ ਆਊਂਗਾ ਤੇ ਮੈਨੂੰ ਪੈਸੇ ਚਾਹੀਦੇ ਆ। ਉਹ ਜਨਾਨੀ ਕਹਿੰਦੀ ਮੈਨੂੰ ਅਵੀ ਪੈਸੇ ਚਾਹੀਦੇ, ਮੈਨੂੰ ਹੁਣ ਇਹ ਚਾਹੀਦੇ ਆ। 10,000 ਤਿੰਨ ਦਿਨ ਪਹਿਲਾਂ ਉਹਨੂੰ ਪਾ ਕੇ ਹਟਿਆ ਸੀਗਾ, ਉਹ ਪੈਸਾ ਖਾਣ ਵਾਲੀ ਜਨਾਨੀ ਆ। ਫਿਰ ਉਹਨੇ ਉਸ ਤੋਂ ਬਾਅਦ ਮੈਨੂੰ ਲੜਾਈ ਕੀਤੀ, ਇਹਨੇ ਮੇਰੇ ਨਾਲ ਕੁੱਟਮਾਰ ਕੀਤੀ, ਇਹਨੇ ਮੈਨੂੰ ਖਿੱਚਿਆ ਧੋਇਆ ਤੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਛਡਾਇਆ। ਅਸੀਂ ਕਿਸੇ ਦੇ ਘਰੇ ਜਾ ਕੇ ਆਪਦੀ ਜਾਨ ਬਚਾਈ ਆ, ਇਹਨੇ ਬਾਅਦ ਚ ਆ ਕੇ ਮਗਰੋਂ ਚੋਰੀ ਅੱਗ ਲਾਤੀ ਮੇਰੇ ਘਰ ਨੂੰ। ਮੇਰਾ ਇਸ ਟਾਈਮ ਮੇਰੇ ਕੋਲ ਕੁਛ ਨੀ ਗਾ, ਮੇਰੇ 3 ਬੱਚੇ ਹੀ ਆ ਵੀਰ ਜੀ ਮੇਰੇ ਕੋਲੇ, ਨਾ ਸੌਣ ਨੂੰ ਤੇ ਭੈਣ ਨੂੰ। ਆਸ਼ਕੀ ਦਾ ਸਿਰ ਤੇ ਭੂਤ ਸਵਾਰ ਸੀਗਾ, ਆਸ਼ਕੀ ਪਿੱਛੇ ਇਹਨੇ ਸਾਰਾ ਕੰਮ ਕੀਤਾ, ਇਹ ਹਾਂਜੀ ਘਰ ਹੀ ਫੂਕਤਾ ਹੈ, ਕੋਈ ਚਿੰਤਾ ਨਹੀਂ ਕਰਦੀ, ਕੋਈ ਇਹਨੂੰ ਘਰ ਚਿੰਤਾ ਨਹੀਂ ਸੀ, ਇਹਨੇ ਆਸ਼ਕੀ ਬਦਲੇ ਕੀਤਾ ਸਾਰਾ ਕੁਛ। ਮੇਰੀ ਧੀ ਮਟਿਆਰ ਆ, ਮੈਂ ਤਾਂ ਦਾਜ ਬਣਾਇਆ ਸੀ, ਉਹ ਵੀ ਇਹਨੇ ਸਾੜਤਾ ਹੈ, ਸਾਰਾ ਤਬਾਹ ਕਰਤਾ ਇਹ। ਸ਼ਰਾਬ ਪੀ ਕੇ ਸਾਰਾ ਕੁਛ ਕੀਤਾ ਵੀਰ ਜੀ ਇਹਨੇ। ਉਹ ਜਨਾਨੀ ਪੈਸਾ ਹੀ ਮੰਗੀ ਜਾਂਦੀ, ਪੈਸੇ ਮੰਗੇ ਨੀ, ਕਹਿੰਦੀ ਪੈਸਾ ਲੈ ਕੇ ਦੇ ਮੈਨੂੰ ਥਾਂ ਥੱਥਾ ਲੈ ਕੇ ਦੇ, ਇੱਥੋਂ ਤੱਕ ਅਸੀਂ ਗਰੀਬ ਘਰ ਆ ਵੀਰ ਜੀ, ਕਿੱਥੋਂ ਦੇਜੇ। ਕਿੰਨੀ ਕੁ ਦੇਰ ਦੇ ਨਜਾਇਜ਼ ਸਬੰਧ ਸ਼ੁਰੂ ਹੋ ਗਿਆ? ਹੋ ਗਏ ਸੀ ਵੀਰ ਜੀ 3-4 ਮਹੀਨੇ ਹੋਏ ਸੀ ਇਸ ਗੱਲ ਨੂੰ। ਹਾਂਜੀ ਪੈਸਿਆਂ ਦੀ ਮੰਗ ਕਰਦੀ ਸੀ, ਕਹਿੰਦੀ ਮੈਨੂੰ ਪੈਸੇ ਚਾਹੀਦੇ, ਮੈਨੂੰ ਮੈਂ ਥਾਂ ਥੱਥਾ ਲੈ ਕੇ ਦੇ। ਕਹਿੰਦੀ ਆਪਦੇ ਬੱਚਿਆਂ ਨਾਲ ਤੂੰ ਗੱਲ ਵੀ ਨੀ ਕਰਨੀ ਫੋਨ ਤੇ, ਨਾ ਤੂੰ ਘਰੇ ਜਾਣਾ, ਨਾ ਤੂੰ ਰੋਟੀ ਪਾਣੀ ਖਾਣਾ। ਉਹਨੇ ਇਹੋ ਜਿਹਾ ਇਹਦੇ ਦਿਮਾਗ ਵਿੱਚ ਬਿਠਾਇਆ ਵੀ ਤੇਰੇ ਘਰ ਦੀ ਤੈਨੂੰ ਮਾਰ ਦੂ, ਤੂੰ ਘਰੇ ਨੀ ਜਾਣਾ ਗਾ, ਤੂੰ ਮੇਰਾ ਤੇ ਮੇਰਾ ਹੀ ਬਣ ਕੇ ਰਹਿ। ਤੇ ਵੀਰ ਜੀ ਇਹਨੂੰ ਇਹ ਜਨਾਨੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਮੇਰੀ ਹੱਥ ਜੋੜ ਕੇ ਬੇਨਤੀ, ਇਹ ਜਨਾਨੀ ਨੇ ਮੇਰਾ ਘਰ ਸਾਰਾ ਜਾੜਿਆ। ਕਿੰਨੇ ਕੁ ਦਾ ਜਿਹੜਾ ਸਮਾਨ ਤੁਹਾਡਾ ਘਰ ਦਾ ਸੜ ਕੇ ਸਵਾਹ? ਵੀਰ ਜੀ 1.5-2 ਲੱਖ ਦਾ ਮੇਰਾ ਸਮਾਨ ਸੀਗਾ, ਮੇਰੇ ਪੇਕਿਆਂ ਨੇ ਮੇਰੇ ਨੇ ਦਿਹਾੜੀਆਂ ਕਰ ਕਰਕੇ ਮੈਨੂੰ ਦਿੱਤਾ ਸੀਗਾ ਮਸਾਂ। ਹਾਂ ਸਾਰੇ ਕੱਪੜੇ ਵੀ ਮੇਰੇ ਹਾੜ ਸਿਆਲ ਵਾਲੇ ਸਾਰੇ ਸੜ ਕੇ, ਤਣ ਦੇ ਕੱਪੜੇ ਵੀ ਉਹ ਵੀ ਸਾਰੇ ਉਹ ਹੀ ਰਹਿ ਗਏ ਆ, ਕੁਛ ਨੀ ਗਾ। ਮੇਰੀ ਸਰਕਾਰ ਮੂਹਰੇ ਇਹੀ ਬੇਨਤੀ, ਮੇਰੀ ਮੱਧ ਤੋਂ ਮੱਧ ਸਹਾਇਤਾ ਕੀਤੀ ਜਾਵੇ, ਮੇਰੇ 3 ਬੱਚੇ ਮੈਂ ਕਿੱਥੇ ਲੈ ਕੇ ਜਾਊਂਗੀ। ਸਖਤ ਕਾਰਵਾਈ ਹੋਣੀ ਚਾਹੀਦੀ। ਹਾਂਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਦੋਨਾਂ ਤੇ ਹੋਣੀ ਚਾਹੀਦੀ, ਇਕੱਲੇ ਤੇ ਨਹੀਂ, ਹੁਣ ਨਾਲ ਜਨਾਨੀ ਦੇ ਵੀ ਕੁੱਟਮਾਰ ਹੋਣੀ ਚਾਹੀਦੀ, ਕਿਉਂਕਿ ਇਹਨੇ ਮੇਰਾ ਘਰ ਬਰਬਾਦ ਕੀਤਾ ਹੈ।
ਇੱਕ ਔਰਤ ਨੇ ਹਾਂਜੀ ਇਸ ਔਰਤ ਨੇ ਤਾਂ ਔਰਤ ਵਿਆਹ ਤਾਂ ਗਈ ਹਾਂਜੀ ਪਹਿਲਾਂ ਵਿਆਹੀ ਰੰਡੀ ਆ ਮੇਰੇ ਦਿਓਰ ਨੇ ਅੱਗ ਲਗਾਈ ਹੈ ਨਜਾਇਜ਼ ਸੰਬੰਧ ਸੀਗੇ ਕਿਸੇ ਔਰਤ ਨਾਲ ਮੇਰੀ ਭੈਣ ਆ ਇਹ ਰੋਕਦੀ ਸੀ ਵੀ ਨਾ ਇਸ ਤਰ੍ਹਾਂ ਕਰ ਉਹ ਇਹਨੂੰ ਕੁੱਟਮਾਰ ਕਰਦਾ ਸੀਗਾ ਤੇ ਅਸੀਂ ਵੀ ਨਹੀਂ ਰੋਕਦੇ ਸੀ ਅਸੀਂ ਕਹਿੰਦੇ ਚੱਲ ਦੋਨਾਂ ਜੀਆਂ ਦੀ ਆ ਗੱਲ ਵੀ ਢਕੀ ਰਹੇ ਇਹਨਾਂ ਨੇ ਕੋਈ ਵੀ ਮੈਨੂੰ ਦੱਸਦੀ ਨੀ ਸੀ ਮੇਰੀ ਭੈਣ ਫਿਰ ਜਦੋਂ ਉਹਦੇ ਸਿਰ ਤੋਂ ਦੀ ਪਾਣੀ ਲੰਘਿਆ ਉਹਨੇ ਦੱਸਿਆ ਵੀ ਇਹਦੇ ਨਾਲ ਸੰਬੰਧ ਆ ਕਿਸੇ ਜਨਾਨੀ ਦੇ ਤੇ ਉਸ ਕਰਕੇ ਅਸੀਂ ਵੀ ਆਖਿਆ ਚੱਲ ਕੋਈ ਗੱਲ ਨੀ ਸਮਝਾਇਆ ਸਾਡੇ ਘਰਦਿਆਂ ਨੇ ਸਾਰਿਆਂ ਨੇ ਕੋਈ ਨੀ ਤੁਹਾਡੇ ਦੋਨਾਂ ਦੇ ਵਿੱਚ ਹੈ ਤੁਸੀਂ ਦੋਨੇ ਨਵੇੜੋ ਗੱਲ ਇਹਨੇ ਕਿਸੇ ਦੀ ਨੀ ਸੁਣੀ ਇਹਨੇ ਸ਼ਰਾਬ ਪੀ ਕੇ ਕੁੱਟਮਾਰ ਕਰਦਾ ਸੀ ਫਿਰ ਉਹ ਜਾ ਕੇ ਕਿਸੇ ਦੇ ਘਰੇ ਲੁਕੀ ਅਸੀਂ ਵੀ ਨੀ ਆਖਿਆ ਵੀ ਸਾਡੇ ਘਰ ਆ ਜਾ ਸਿਆ ਸਾਡੇ ਗੱਲ ਪਊਗਾ ਸਾਡੇ ਵੀ ਗੱਲ ਪੈਂਦਾ ਉਹ ਸਾਡੇ ਵੀ ਖਿੱਚ ਮਾਰ ਕਰਦਾ ਤੂੰ ਕਰਦਾ ਵੀ ਖੁਰਦਾ ਮਾਰਦਾ ਹਾਂਜੀ ਸ਼ਰਾਬ ਪੀਂਦਾ ਉਹ ਤੇ ਉਹਦੇ ਕਰਕੇ ਇਹਨੂੰ ਅਸੀਂ ਬਚਾਇਆ ਤੇ ਫਿਰ ਘਰ ਦੇ ਵਿੱਚ ਅੱਗ ਲਾ ਕੇ ਰਾਤ ਨੂੰ ਗਿਆ ਚਲਾ 8:02 ਤੇ ਇਹਨੇ ਅੱਗ ਲਾਈ ਆ ਸਾਨੂੰ ਨੀ ਪਤਾ ਲੱਗਾ ਪਿਆ ਨੂੰ ਅਸੀਂ ਆਪਦੇ ਘਰ ਵਿੱਚ ਹੀ ਸੀਗੇ ਵੀ ਕਿੱਥੇ ਅੱਗ ਲੱਗੀ ਸਾਨੂੰ ਗਵਾਂਢੀ ਨਿਕਲੇ ਉਹਨਾਂ ਨੇ ਦੱਸਿਆ ਵੀ ਤੁਹਾਡੇ ਘਰ ਵਿੱਚ ਅੱਗ ਲਾ ਕੇ ਭੱਜ ਗਿਆ ਹਾਂਜੀ ਇਹਦਾ ਪਰਿਵਾਰ ਪਾਸੇ ਸੀਗਾ ਅਸੀਂ ਹਾਂਜੀ ਹਾਂਜੀ ਜਾਨੀ ਬਾਨੀ ਨੁਕਸਾਨ ਹਾਂਜੀ ਹਾਂਜੀ ਜੇ ਸੁੱਤਾ ਹੁੰਦਾ ਨੁਕਸਾਨ ਹੋ ਜਾਂਦਾ ਕਹਿੰਦਾ ਸੀ ਮੈਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਉੱਤੇ ਆਹ ਪਾ ਦੇਣਾ ਪੈਟਰੋਲ ਪਾ ਦੇਣਾ ਤੇਜ਼ਾਬ ਪਾ ਦੇਣਾ ਇਹਦਾ ਆਸ਼ਕੀ ਦਾ ਭੂਤ ਸਵਾਰ ਸੀ ਜੀ ਉਹਦੇ ਤੇ ਬਸ ਆਸ਼ਕੀ ਦੇ ਵਿੱਚ ਡੁੱਬਿਆ ਹੋਇਆ ਸੀ ਉਸ ਔਰਤ ਨੇ ਆਪਦੇ ਵਿੱਚ ਪਤਾ ਨੀ ਕਿਹੜੇ ਜਾਲ ਚ ਫਸਾਇਆ ਹੋਇਆ ਹਾਂਜੀ ਘਰ ਪਰਿਵਾਰ ਨੂੰ ਚੰਗਾ ਨੀ ਸਮਝਦਾ ਬੱਚਿਆਂ ਨੂੰ ਧੱਕੇ ਮਾਰਦਾ ਸੀਗਾ ਕੋਈ ਉਹਨਾਂ ਬਾਰੇ ਸੋਚਦਾ ਹੀ ਨੀ ਸੀਗਾ ਵੀ ਕੀ ਆ ਕਾਨੂੰਨੀ ਉਹਦੇ ਤੇ ਕਾਰਵਾਈ ਬਹੁਤ ਸਖ਼ਤ ਸਖ਼ਤ ਹੋਣੀ ਚਾਹੀਦੀ ਆ ਉਹਨਾਂ ਦੋਨਾਂ ਤੇ ਹਾਂਜੀ ਔਰਤ ਤੇ ਵੀ ਪਰਮਜੀਤ ਤੇ ਵੀ ਤੇ ਕੁਲਦੀਪ ਸਿੰਘ ਤੇ ਵੀ ਨਾਮ ਤੇ ਇਹ ਕੀ ਲੱਗਦੇ ਇਹ ਮੇਰੀ ਬੇਟੀ ਆ ਜੀ ਹਾਂਜੀ ਕਿੰਨੀ ਦੇਰ ਹੋ ਗਈ ਉਹਦੇ ਨਾਲ ਵਿਆਹੀ ਇਹਦੇ ਜੀ 18-19 ਸਾਲਾਂ ਦਾ ਤਾਂ ਵੱਡਾ ਬੱਚਾ ਹੀ ਆ ਹਾਂ ਤੇ 20 ਸਾਲ ਹੋ ਗਈ ਜੀ ਕਿੱਥੇ ਨਾਲ ਵਿਆਹੀ ਸੀ ਕਿੱਥੇ ਵਿਆਹੀ ਕੁਲਦੀਪ ਸਿੰਘ ਨਾਲ ਜੀ ਕਿੱਥੇ ਵਿਆਹੀ ਸੀ ਰੀਤਮਾਲੀ ਆਲੀ ਜੀ ਹਾਂਜੀ ਕੀ ਉਦੋਂ ਤੱਕ ਪਛਾਣ ਕਰਦਾ ਸੀ ਪਹਿਲਾਂ ਤੱਕ ਪਛਾਣ ਜਿਹੜਾ ਲੜਕੀ ਤੁਹਾਡੀ ਨੇ ਕਰਦਾ ਕੀ ਕਰਦਾ ਕੀ ਕਰਦਾ ਅਸੀਂ ਕੁੱਟਮਾਰ ਕਰਦਾ ਸੀ ਜੀ ਪਹਿਲਾਂ ਸੀ ਵੀ ਆਉਂਦੇ ਸੀ ਸਮਝਾ ਜਾਂਦੇ ਸੀ ਚਲੋ ਵੀ ਸਮਝ ਜਾਂਦਾ ਸੀ ਲੈ ਵੀ ਆਉਂਦਾ ਸੀ ਐਗਤੀ ਮਾੜੀ ਜਨਾਨੀ ਆਸ਼ਕੀ ਦੇ ਵਿੱਚ ਇਹਨੇ ਮੇਰੀ ਧੀ ਦੀ ਕੁੱਟਮਾਰ ਵੀ ਬਹੁਤ ਕੀਤੀ ਖਿੱਚਿਆ ਤੋਂ ਵੀ ਬਹੁਤ ਕੀਤੀ ਸਾਨੂੰ ਪਤਾ ਲੱਗਿਆ ਅਸੀਂ ਦੂਜੇ ਦਿਨ ਆਏ ਜਿੱਦਣ ਅੱਗ ਲੱਗੀ ਪਹਿਲਾਂ ਮੈਂ 3 ਦਿਨ ਰਹਿ ਕੇ ਗਈ 4 ਦਿਨ ਉਦੋਂ ਆਇਆ ਨੀ ਸਾਡਾ ਸੱਦਿਆ ਕਹਿੰਦਾ ਮੈਂ ਸੋਮਵਾਰ ਨੂੰ ਆਊ ਹਲੇ ਸੋਮਵਾਰ ਨੂੰ ਆਉਣਾ ਸੀ ਸੋਮਵਾਰ ਇਹਨੇ ਆਉਣ ਨੀ ਦਿੱਤਾ ਜੀ ਅੱਗ ਵੀ ਲਾਤੀ ਤੇ ਖਿੱਚਿਆ ਤੋਂ ਸਾਰੇ ਇੱਥੇ ਪਿੰਡ ਚ ਵੀ ਕੀਤੀ ਸੜਕ ਚ ਇਹਦੇ ਸਰੀਕੇ ਕਬੀਲੇ ਨੇ ਇਹਨੂੰ ਹਟਾਇਆ ਮੈਂ ਮਸਾਂ ਸਮਾਨ ਅਸੀਂ ਬੁੱਢੇ ਠੇਰੇ ਸੀ ਪਹਿਲਾਂ ਇਹਨਾਂ ਦਾ ਘਰ ਕੱਚਾ ਸੀ ਕਹਿੰਦੇ ਅਸੀਂ ਲੈਣਾ ਨੀ ਸਮਾਨ ਮਗਰੋਂ ਅਸੀਂ ਜੋੜ ਜੋੜ ਕੇ ਇਹਦੇ ਪਿਓ ਨੇ ਦਿਹਾੜੀਆਂ ਕਰ ਕਰਕੇ ਮਸਾਂ ਦਿੱਤਾ ਸੀ ਹਾਂ ਦਾਜ ਦਿੱਤਾ ਜੀ ਹੁਣ ਇਹ ਆਪਦੀ ਬੱਚੀ ਦਾ ਵੀ ਬਣਾਉਣ ਲੱਗੀ ਆਪਦਾ ਵੀ ਤਾਲ ਪੂਰਾ ਹੋਈ ਜਾਂਦਾ ਸੀ ਉਹਦੇ ਸਿਰ ਤੇ ਹੀ ਚਲੋ ਥੋੜੇ ਵਾਲੇ ਪਾਉਂਦਾ ਸੀ ਹੁਣ ਇਹਨੂੰ ਜਮਾਂ ਨੀ ਕਮਾਈ ਦਿੱਤੀ ਜੀ ਕਿਹਨੂੰ ਦਿੱਤਾ ਜੀ ਕਮਾਈ ਜੀ ਔਰਤ ਆ ਜਿਹੜੀ ਸਾਨੂੰ ਤਾਂ ਦੱਸਦੇ ਵੀ ਫਰੀਦਕੋਟ ਦੀ ਸਾਨੂੰ ਇੱਕ ਹਿਸਾਬ ਨਾਲ ਹਾਂ ਵੀ ਲਾਪਤਾ ਹੀ
ਉਸ ਨਾਲ ਸੰਬੰਧ ਰੱਖਦਾ ਸੀ ਘਰੇ ਜਵਾਕਾਂ ਨੂੰ ਵੀ ਜਦੋਂ ਫੋਨ ਲਾਉਂਦਾ ਸੀ ਗਾਲਾਂ ਵਾਲਾ ਕੱਢਦਾ ਸੀ ਕਹਿੰਦਾ ਸੀ ਮੈਂ ਤੁਹਾਨੂੰ ਮਾਰ ਦਿਆਂਗਾ ਮੈਂ ਤੁਹਾਨੂੰ ਵੱਢ ਦਿਆਂਗਾ ਇੱਥੇ ਆ ਕੇ ਜੇ ਮੇਰੀ ਧੀ ਨਾਲ ਗੱਲ ਕਰਨੀ ਕਹਿ ਦੇਣਾ ਮੇਰੇ ਨਾਲ ਗੱਲ ਕੋਈ ਨੀ ਮੇਰੀ ਤਾਂ ਇਹੋ ਹੀ ਹੈ ਪਰਮਜੀਤ ਕੌਰ ਸਾਨੂੰ ਬਹੁਤ ਤੰਗ ਕੀਤਾ ਇਹਨੇ ਪਹਿਲਾਂ ਤਾਂ ਅਸੀਂ ਮਹਿਸੂਸ ਨਹੀਂ ਕੀਤਾ ਜਦੋਂ ਹੁਣ ਅੱਗ ਲਾਤੀ ਸਾਨੂੰ ਇਸ ਗੱਲ ਦੀ ਮਹਿਸੂਸ ਆਈ ਤੀਜੀ ਵੇਰ ਅੱਗ ਲਾਈ ਹੈ ਹਾਂਜੀ ਘਰ ਦਾ ਸਮਾਨ ਫੁਗਦਾ ਸਾਰਾ ਸਾਰਾ ਆਸ਼ਕੀ ਜੀ ਸਖਤ ਕਾਰਵਾਈ ਕੀਤੀ ਜਾਵੇ ਦੋਵਾਂ ਜਣਿਆਂ ਤੇ ਪਰਮਜੀਤ ਕੌਰ ਤੇ ਵੀ ਹਾਂ ਔਰਤ ਤੇ ਵੀ ਹੋਣੀ ਚਾਹੀਦੀ ਹੈ ਹਾਂ ਇਹਦੀ ਸ਼ੈ ਆ ਗੱਲਾਂ ਕਹਿੰਦੀ ਸੀਗੀ ਵੀ ਅੱਗ ਲਾ ਕੇ ਤੂੰ ਮੁੜਿਆ ਘਰੋਂ ਰੋਟੀ ਨੀ ਖਾਣੀ ਪਾਣੀ ਨੀ ਖਾਣਾ ਆਪਦੀ ਔਰਤ ਦੇ ਮੰਜੇ ਤੇ ਨੀ ਬਹਿਣਾ ਰਾਤ ਨੀ ਕੱਟਣੀ ਇਹ ਜਿਹੀਆਂ ਗੱਲਾਂ ਮਗਰ ਫੋਨ ਆਉਂਦੇ ਰਹੇ ਸਾਡੇ ਕੋਲ ਇੱਕ ਕਰਮਜੀਤ ਕੌਰ ਨਾਮ ਦੀ ਲੇਡੀ ਪ੍ਰੀਤਮ ਦਹਿਲੀ ਦੇ ਆਈ ਹੈ ਉਹਨੇ ਕੰਪਲੇਂਟ ਕੀਤੀ ਕਿ ਉਹਦਾ ਘਰ ਵਾਲਾ ਜਿਹੜਾ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਇਹਦੀ 40 ਸਾਲ ਉਮਰ ਆ ਉਹਦੇ ਕਿਸੇ ਔਰਤ ਨਾਲ ਸੰਬੰਧ ਸੀ ਉਹਦੀ ਘਰਵਾਲੀ ਇਸੇ ਗੱਲ ਤੋਂ ਕਲੇਸ਼ ਕਰਦੀ ਸੀ ਇਹ 13-4 ਦੀ ਰਾਤ ਨੂੰ 9:30 ਉਹ ਘਰੋਂ ਡਰਦੇ ਹੋਏ ਪਾਸੇ ਚਲੇ ਗਏ ਵੀ ਕੁੱਟਮਾਰ ਨਾ ਕਰੇ ਇਹਨੇ ਘਰ ਆਪਣੇ ਘਰ ਨੂੰ ਹੀ ਅੱਗ ਲਾਤੀ ਕਾਫੀ ਸਾਰਾ ਜਿਹੜਾ ਸਮਾਨ ਦਾ ਸੜ ਗਿਆ ਅਸੀਂ ਉਹਦੇ ਜਿਹੜੀ ਲੇਡੀ ਹੈ ਕਰਮਜੀਤ ਕੌਰ ਦੀ ਸਟੇਟਮੈਂਟ ਤੇ ਇਹਦੇ ਕੁਲਦੀਪ ਸਿੰਘ ਦੇ ਖਿਲਾਫ FIR ਨੰਬਰ 58 ਦਰਜ ਕੀਤੀ ਹੈ ਇਹਨੂੰ ਅਸੀਂ ਅਰੈਸਟ ਕਰਨਾ ਹਾਂਜੀ ਫਿਲਹਾਲ ਤਫਤੀਸ਼ ਜਾਰੀ ਹੈ